ਘਰਾਂ ਚੋਂ ਬਾਹਰ ਨਿਕਲ ਰਹੇ ਹਾਂ ਤੇ ਉਸ ਤੋਂ ਪਹਿਲਾਂ ਤੁਹਾਡੇ ਲਈ ਜਾਣਕਾਰੀ ਬੜੀ ਅਹਿਮ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਾੜ ਬਣੇ ਨੇ ਸੂਬੇ ਭਾਰ ਦੇ ਵਿੱਚ ਕਿੱਥੇ ਕਿੱਥੇ ਆਵਾਜਾਈ ਠੱਪ ਹੋ ਚੁੱਕੀ ਹੈ ਕਿੱਥੇ ਰੇਲਾਂ ਦੇ ਪਈਏ ਜਾਮ ਹੋ ਗਏ ਨੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਰਿਪੋਰਟ ਵਿੱਚ ਸਾਂਝੀ ਕਰਾਂਗੇ ਕਿੰਨੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਹੜੇ ਕਿਹੜੇ ਰੂਟ ਤੇ ਜੇ ਤੁਸੀਂ ਪਹਿਲਾਂ ਤੋਂ ਹੀ ਕਿਤੇ ਰੇਲ ਗੱਡੀ ਦੇ ਰਾਹੀਂ ਬਾਹਰ ਜਾਣ ਦਾ ਪਲਾਨ ਬਣਾਇਆ ਹੋਇਆ ਸੀ ਤੇ ਉਸ ਤੋਂ ਪਹਿਲਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਕਿੰਨੇ ਸਮੇਂ ਦੇ ਲਈ ਇਹ ਰੇਲਾ ਰੱਦ ਕੀਤੀਆਂ ਗਈਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਹਿਸਾਬ ਦੇ ਨਾਲ ਕੀ ਹੋਰ ਅੱਗੇ ਐਕਸਟੈਂਡ ਕੀਤਾ ਜਾਵੇਗਾ ਇਸ ਦਾ ਸਮਾਂ ਪੋਸਟਪੋਨ ਕੀਤੀਆਂ ਜਾਣਗੀਆਂ ਜਾਂ ਫਿਰ ਪੂਰੀ ਤਰ੍ਹਾਂ ਜਿਹੜੇ ਸਮੇਂ ਨੇ ਉਹ ਰੱਦ ਕਰ ਦਿੱਤੇ ਜਾਣਗੇ ਕੁਝ ਸਮੇਂ ਦੇ ਲਈ ਪਰ ਹੁਣ ਤੱਕ ਰੇਲ ਗੱਡੀਆਂ ਨੇ ਜਿਹੜੀਆਂ ਉਹਨਾਂ ਦੇ ਪਈਏ ਕਿੱਥੇ ਕਿੱਥੇ ਜਾਮ ਹੋਏ ਨੇ 17 ਗੱਡੀਆਂ ਨੇ ਜਿਹੜੀਆਂ ਟੋਟਲ ਪੰਜਾਬ ਦੇ ਵਿੱਚੋਂ ਗੁਜ਼ਰਨ ਵਾਲੀਆਂ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਜਾਂ ਇਧਰ ਨੂੰ ਆਉਣ ਵਾਲੀਆਂ ਵਿੱਚੋਂ ਲੰਘਣ ਵਾਲੀਆਂ ਉਹ ਰੱਦ ਕੀਤੀਆਂ ਗਈਆਂ ਨੇ 17 ਰੇਲ ਗੱਡੀਆਂ ਦਾ ਰੱਦ ਹੋਣਾ ਮਤਲਬ ਇਹ ਹੈ ਕਿ ਕਈ ਥਾਵਾਂ ਦੇ ਉੱਤੇ ਰੂਟ ਨੇ ਜਿਹੜੇ ਉਹ ਆਪਣੇ ਆਪ ਦੇ ਵਿੱਚ ਹੈ ਜਿਹੜਾ ਕਿ ਬਲਾਕ ਹੋ ਚੁੱਕੇ ਨੇ ਉੱਥੋਂ ਰੇਲ ਟਰੈਕ ਦੇ ਉੱਤੇ ਜਿਹੜੇ ਉਹ ਪਾਣੀ ਭਰ ਗਿਆ ਜਿਸ ਕਰਕੇ ਕੋਈ ਵੀ ਰੇਲਵੇ ਭਾਗ ਦੇ ਵਿੱਚ ਅਧਿਕਾਰੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਔਰ ਕਈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਇਸੇ ਕਰਕੇ ਟਰੈਕ ਦੇ ਉੱਤੇ ਪਾਣੀ ਚੜਨ ਦੇ ਕਰਕੇ ਔਰ ਕਈ ਥਾਵਾਂ ਦੇ ਉੱਤੇ ਟਰੈਕ ਨਜ਼ਰ ਵੀ ਨਹੀਂ ਆ ਰਿਹਾ ਪਾਣੀ ਦੇ ਵਿੱਚ ਇੰਨੀ ਤਰ੍ਹਾਂ ਡੁੱਬ ਚੁੱਕਾ ਲੋਕਾਂ ਦੇ ਸਫ਼ਰ ਨਾ ਕਰਨ ਦੀ ਹੀ ਸਲਾਹ ਦਿੱਤੀ ਜਾ ਰਹੀ ਹੈ ਕਈ ਜ਼ਿਲ੍ਹਿਆਂ ਦੀਆਂ ਜਿਹੜੀਆਂ ਰੇਲ ਪਟੜੀਆਂ ਨੇ ਉੱਥੇ ਪਾਣੀ ਭਰ ਚੁੱਕਾ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਨੇ ਉਸ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਾਸ ਕਰਕੇ ਰੇਲਵੇ ਨੇ ਪੰਜਾਬ ਦੇ ਸਰਹੰਦ ਨੰਗਲ ਡੈਮ ਤੇ ਚੰਡੀਗੜ੍ਹ ਸਾਨਨੇਵਾਲ ਰੇਲ ਦਾ ਜਿਹੜਾ ਇੱਕ ਏਰੀਆ ਹੈ ਉੱਥੇ ਗੱਡੀਆਂ ਜ਼ਿਆਦਾਤਰ ਰੱਦ ਕੀਤੀਆਂ ਨੇ ਜਿਸ ਦੇ ਵਿੱਚ ਜੰਮੂ ਤਾਂ ਵੀ ਅਮਰੇਸਰ ਫਿਰੋਜ਼ਪੁਰ ਆਉਣ ਜਾਣ ਵਾਲੀਆਂ ਗੱਡੀਆਂ ਦੇ ਰੂਟ ਵੀ ਬਦਲਨੇ ਪੈ ਰਹੇ ਨੇ ਉੱਥੇ ਹੀ ਲੋਕਾਂ ਨੂੰ ਨਾ ਸਫ਼ਰ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਤੇ مالی ਨੁਕਸਾਨ ਨਾ ਹੋ ਸਕੇ ਜਿਹੜੀਆਂ ਗੱਡੀਆਂ ਨੂੰ ਰੱਦ ਕੀਤਾ ਗਿਆ ਉਸ ਦੇ ਵਿੱਚ ਸਾਰੀਆਂ ਗੱਡੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਇੱਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰਿਸ਼ੀਕੇਸ਼ ਜਾਣ ਵਾਲੀ 14610 ਨੰਬਰ ਗੱਡੀ ਹੈ ਜਿਹੜੀ ਉਹ ਵੀ ਜਿਹੜੀ ਹੈ ਉਸ ਦੇ ਵਿੱਚ ਸੂਚੀ ਦੇ ਵਿੱਚ ਸ਼ਾਮਲ ਹੈ ਗੱਡੀ ਨੰਬਰ ਹੈ ਜਿਹੜਾ 14632 ਅੰਮ੍ਰਿਤਸਰ ਤੋਂ ਦੇਰਾ ਦੂਨ ਤੇ ਗੱਡੀ ਨੰਬਰ ਹੈ 13152 ਜੰਮੂ ਤਵੀ ਤੋਂ ਕੋਲਕੱਤਾ ਜਾਣ ਵਾਲੀ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ ਚੌਥੀ ਰੇਲ ਗੱਡੀ ਹੈ 14606 ਨੰਬਰ ਜੰਮੂ ਤਵੀ ਤੋਂ ਹਰਦਵਾਰ ਜੰਮੂ ਤਵੀ ਤੋਂ ਹਾਵੜਾ ਜਾਣ ਵਾਲੀ 12332 ਤੇ ਗੱਡੀ ਨੰਬਰ 14662 ਜੰਮੂ ਤਵੀ ਤੇ ਬਾੜਮੀਰ ਤੇ ਗੱਡੀ ਨੰਬਰ 12208 ਜੰਮੂ ਤਵੀ ਤੋਂ ਕਾਠ ਗੋਦਾਮ 15012 ਗੱਡੀ ਜਿਹੜੀ ਕਿ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਉਸ ਨੂੰ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ 14674 ਜੋ ਅਮਰੇਸਰ ਤੋਂ ਜੈਨਗਰ ਜਾਣ ਵਾਲੀ ਗੱਡੀ ਵੀ ਇਸ ਸੂਚੀ 'ਚ ਸ਼ਾਮਲ ਹੈ ਆ ਰੇਲ ਗੱਡੀ 12232 ਨੰਬਰ ਚੰਡੀਗੜ੍ਹ ਤੋਂ ਲਖਨਊ ਵਾਲੀ ਇੱਕ ਹੋਰ ਨੰਬਰ 13308 ਫਿਰੋਜ਼ਪੁਰ ਤੋਂ ਧੰਨਵਾਦ ਜਾਣ ਵਾਲੀ 13006 ਅਮਰੇਸਰ ਤੋਂ ਹਾਵੜਾ ਜਾਣ ਵਾਲੀ ਤੇ ਗੱਡੀ ਨੰਬਰ 22432 ਉਦਮਪੁਰ ਤੋਂ ਸੂਬੇਦਾਰ ਗੰਜ ਜਾਣ ਵਾਲੀ ਗੱਡੀ ਵੀ ਇਸ ਸੂਚੀ ਚ ਸ਼ਾਮਲ ਹੈ 14631 ਦੇਰਾਦੂਨ ਤੋਂ ਅਮ੍ਰਿਤਸਰ 14887 ઋષਿਕੇਸ਼ ਤੋਂ ਬਾੜਮੇਰ 12231 ਲਖਨਊ ਤੇ ਚੰਡੀਗੜ੍ਹ 14609 ਰੇਲ ਗੱਡੀ ਨੰਬਰ ਹੈ ਜਿਹੜਾ ઋષਿਕੇਸ਼ ਤੋਂ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਜਿਹੜੀ ਇਹ ਰੇਲ ਗੱਡੀ ਜਿਹੜੀ ਹੈ ਉਸ ਸੂਚੀ ਵਿੱਚ ਸ਼ਾਮਲ ਹੈ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ 17 ਗੱਡੀਆਂ ਦੇ ਤੁਹਾਨੂੰ ਵੇਰਵੇ ਦਿੱਤੇ ਨੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਰੂਟ ਬਦਲੇ ਗਏ ਨੇ ਗੱਡੀ ਨੰਬਰ ਜਿਹੜਾ 13005 ਹਾਵੜਾ ਅੰਮ੍ਰਿਤਸਰ ਤੋਂ ਵਾਇਆ ਪਾਣੀਪਤ ਸਟੇਸ਼ਨ ਤੋਂ ਜਾਏਗੀ ਗੱਡੀ ਨੰਬਰ 15531 ਸੈਰਸਾ ਤੋਂ ਅੰਮ੍ਰਿਤਸਰ ਜਿਹੜੀ ਜਾਣ ਵਾਲੀ ਉਹ ਵਾਇਆ ਪਾਣੀਪਤ ਹੀ ਜਾਏਗੀ ਗੱਡੀ 13151 ਕੋਲਕਾਤਾ ਜੰਮੂ ਤੋਂ ਵੀ ਵਾਲੀ ਵਾਇਆ ਪਾਣੀਪਤ ਜਾਏਗੀ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੀਆਂ ਗੱਡੀਆਂ ਨੇ ਜਿਨ੍ਹਾਂ ਦੇ ਜਿਹੜੇ ਨੇ ਰੂਟ ਬਦਲਣ ਦੀ ਤਿਆਰੀ ਦੇ ਵਿੱਚ ਰੇਲਵੇ ਵਿਭਾਗ ਹੈ ਪਰ ਜਿਹੜੀਆਂ 17 ਗੱਡੀਆਂ ਰੱਦ ਕੀਤੀਆਂ ਗਈਆਂ ਨੇ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਖਾਸ ਕਰਕੇ ਜਿਹੜਾ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਗੱਡੀਆਂ ਨੇ ਜਾਂ ਫਿਰੋਜ਼ਪੁਰ ਨੂੰ ਆਉਣ ਜਾਣ ਵਾਲੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਕੁਝ ਰੱਦ ਕੀਤੀਆਂ ਗਈਆਂ ਨੇ ਕੁਝ ਤੇ ਰੂਟ ਬਦਲ ਦਿੱਤੇ ਗਏ ਨੇ ਤੇ ਜਾਣਕਾਰੀ ਤੁਹਾਡੇ ਨਾਲ ਸਿਰਫ ਰੇਲ ਸੰਬੰਧੀ ਇੱਕ ਵਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਬੱਸਾਂ ਦੇ ਰਾਹੀਂ ਵੀ ਸਰਕਾਰੀ ਟਰਾਂਸਪੋਰਟ ਹੈ ਜਿਹੜਾ ਜੇ ਉਸ ਤੋਂ ਵੀ ਤੁਸੀਂ ਜਾ ਰਹੇ ਹੋ ਤਾਂ ਹੋ ਸਕੇ ਤਾਂ ਸਫ਼ਰ ਤੋਂ ਗੁਰੇਜ਼ ਕਰੋ ਪਰਹੇਜ਼ ਕਰੋ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਰਸਤਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਲਾਕੇਜ ਹੈ ਆਵਾਜਾਈ ਠੱਪ ਵੀ ਹੋ ਸਕਦੀ ਹੈ ਕਈ ਥਾਵਾਂ ਦੇ ਉੱਤੇ ਰੋਡ ਵੀ ਡੈਮੇਜ ਹੋ ਚੁੱਕੇ ਨੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੋਸ਼ਿਸ਼ ਕਰਾਂਗੇ ਕਿ ਹੋਰ ਜਿੱਥੋਂ ਵੀ ਉਹ ਪੰਜਾਬ ਸੂਬੇ ਜਾਂ ਆਲੇ-ਦੁਆਲੇ ਤੋਂ ਆਉਣ ਜਾਣ ਦੇ ਲਈ ਜਾਂ ਕਿਸੇ ਹੋਰ ਥਾਂ ਦੇ ਲਈ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ بارش ਨਾਲ ਮੀਂਹ ਦੇ ਕਰਕੇ ਹੋਏ ਖੱਜਲ-ਖਵਾਰੀ ਦੇ ਕਰਕੇ ਆਉਂਦੀ ਹੈ ਜਿਹੜੀ ਕਿਸੇ ਤਰ੍ਹਾਂ ਦੀ ਜਾਣਕਾਰੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ